ਜੀ ਅਸਲਾਮ ਵਾਲੇਮ ਜੀ ਨਬੇ ਅਲੀ ਕੀ ਹਾਲ ਚਾਲੇ ਠੀਕ ਠਾਕ ਹੋ ਰਹਾ ਜੀਓ ਅੱਜ ਜਨਾਬ ਤੁਹਾਡੇ ਅੱਗੇ ਇੱਕ ਬੜਾ ਵੱਡਾ ਸਕੈਂਡਲ ਜਿਹੜਾ ਹੈ ਉਹ ਅਸੀਂ ਬ੍ਰੇਕ ਕਰਨ ਦੀ ਕੋਸ਼ਿਸ਼ ਕਰਨੇ ਹਾਂ ਕਿਉਂਕਿ ਇਹ ਉਹ ਸਕੈਂਡਲ ਹੈ ਜਿਹੜਾ ਕਿਸੇ ਵੀ ਪਾਕਿਸਤਾਨ ਦੀ ਮੀਡੀਆ ਤੇ ਕਿਸੇ ਅਖਬਾਰ ਤੇ ਕਿਸੇ ਰੇਡੀਓ ਤੇ ਕਿਸੇ ਟੀਵੀ ਤੇ ਕਿਸੇ ਜਗ੍ਹਾ ਤੱਕ ਹੀ ਚਲਿਆ ਉਹਦੀਆਂ ਕਾਫੀ ਵਜੂਹਾਂ ਹਨ ਕਿ ਉਹ ਕਿਉਂ ਨਹੀਂ ਚੱਲ ਸਕਿਆ ਜ਼ੈਰੀ ਗੱਲ ਹੈ ਇਹ ਸਕੈਂਡਲ ਦੇ ਪਿੱਛੇ ਵੀ ਇਹਦਾ ਕਾਫੀ ਇਸ ਸਿਲਸਲੇਕਾਰੀਆਂ ਨੇ ਕਾਫੀ ਲੋਗ ਇਨਵੋਲਵ ਨੇ ਦੇਚ ਤੇ ਲਿਆਜ਼ਾ ਫਿਰ ਜਦੋਂ ਵੱਡੇ ਲੋਗ ਇਨਵਾਲ ਹੁੰਦੇ ਨੇ ਤੇ ਫਿਰ ਇਸ ਸਕੈਂਡਲ ਜਿਹੜੇ ਨੇ ਐਸ ਡਾਟ ਦੇ ਵਿੱਚ ইমরਾਨੀ ਹਕੂਮਤ ਦੇ ਵਿੱਚ ਉਹ ਜ਼ਹਰੀ ਗੱਲ ਹੈ ਉਹ ਫਿਰ ਮੀਡੀਆ ਤੇ ਨਹੀਂ ਚੱਲ ਸਕਦੇ ਤੇ ਅੱਜ ਹਜ਼ੂਰ ਅਸੀਂ ਤੁਹਾਡੇ ਕੋਲ ਸਕੈਂਡਲ ਪੇਸ਼ ਕਰਨੇ ਆ ਟਾਈਗਰ ਫੋਰਸ ਇਹ ਟਾਈਗਰ ਫੋਰਸ ਜਿਹੜੀ ਹੈ ਇਹ ਹਜ਼ੂਰ ਕਿਉਂ ਬਣਾਈ ਗਈ ਇਹਦੇ ਪਿੱਛੇ ਕੀ ਵਿਜਵਾਦ ਸੀ ਔਰ ਇਹਨੂੰ ਕਿਨੇ ਪਲਾਂਟ ਕੀਤਾ ਉਹਦਾ ਮਕਸਦ ਕੀ ਸੀ ਉਹ ਅਸੀਂ ਅੱਜ ਤੁਹਾਨੂੰ ਗੋਸ਼ਕੁਜ਼ਾਰ ਕਰਨੇ ਆ। ਉਹ ਸਰਕਾਰ ਸਟੋਰੀ ਇਹ ਵੇ ਕਿ ਜਿਹੜੇ ਤੁਹਾਡੇ ਸਾਡੇ ਸਿਆਲਕੋਟ ਤੋਂ ਸਾਹਿਬ ਨੇ ਉਸਮਾਨ ਧਾਰ ਸਾਹਿਬ ਉਹਨਾਂ ਦੀ ਜੜੀ ਗਾਲੋ ਇੱਕ ਬਿਜ਼ਨਸ ਕਰਦੇ ਨੇ ਕੋਈ ਫੈਕਟਰੀ ਫੈਕਟਰੀ ਵੀ ਇਹਨਾਂ ਦੀਆਂ ਕਿ ਪ੍ਰਾਪਰਟੀ ਵੀ ਹੋਏਗੀ। ਤੇ ਜਿਹੜੇ ਵੀ ਉਹਨਾਂ ਦੇ ਕੋਈ ਬਿਜ਼ਨਸ 파ਟਨਰ ਨੇ ਜਾਂ ਫੈਮਿਲੀ ਦੇ ਲੋਗ ਨੇ ਜਾਂ ਜੋ ਵੀ ਉਹਨਾਂ ਦੇ ਨਾਲ ਧੰਦਾ ਕਰਦੇ ਨੇ ਉਹਨਾਂ ਕਿਹਾ ਵੀ ਤੂੰ ਪਿਛਲੇ ਦੋ ਇਲੈਕਸ਼ਨ ਹਾਰੇ ਆ ਅਰਬ ਰੁਪਈਆ ਇਸ ਇਲੈਕਸ਼ਨਾਂ ਤੇ ਜਿਹੜਾ ਉਹ ਲਾਹ ਦਿੱਤਾ ਤੇ ਹੁਣ ਹਕੂਮਤ ਜਿਹੜੀ ਸਾਡੀ ਆ ਗਈ ਹੈ ਤੇ ਹੁਣ ਸਾਨੂੰ ਤਾਂ ਕਿਸੇ ਕਿਸਮ ਦਾ ਕੋਈ ਬੈਨੀਫਿਟ ਨਹੀਂ ਮਿਲ ਰਹਾ ਲਿਹਾਜ਼ਾ ਜੋ ਵੀ ਆਇਆ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਨਾ ਆਪਣਾ ਜੋ ਪੈਸਾ ਲਾਇਆ ਉਹ ਅਸੀਂ ਆਪਣਾ ਵਾਪਸ ਕਰਨ ਲੈਣਾ ਤੇ ਉਹ ਹਜ਼ੂਰ ਅੱਲਾ ਲੋਈ ਉਹ ਵਾ ਆ ਜਾਂਦੀ ਕਰੋਨਾ ਦੀ ਮਾਰਚ ਵਿੱਚ ਮਾਰਚ ਅਪ੍ਰੈਲ ਵਿੱਚ ਉਹਨਾਂ ਨੇ ਬੈਠ ਇੱਕ ਜਗ੍ਹਾ ਤੇ ਇਹ ਜਿਹੜੀ ਸਾਰੀ ਕੰਪਨੀ ਹੈ ਉਸਮਾਨਡਾਰ ਐਂਡ ਕੰਪਨੀ ਇਹਨਾਂ ਨੇ ਬੈਠ ਸੋਚਿਆ ਕਿ ਯਾਰ ਐਸਾ ਕੰਮ ਕੀਤਾ ਜਾਏ ਔਰ ਐਸੀ ਚੀਜ਼ ਬਣਾ ਕੇ Imran Khan ਨੂੰ ਪੇਸ਼ ਕੀਤੀ ਜਾਏ ਜਿਹਦੇ ਵਿੱਚ ਸਾਡਾ ਜਿਹੜਾ ਨਾ 100% ਸਦ ਫਾਇਦਾ ਹੋਏ ਔਰ ਖਾਨ ਸਾਹਿਬ ਖੁਸ਼ ਹੋ ਜਾਣ ਉਹਨਾਂ ਨੇ ਬੈਠ ਦਿਮਾਗ ਲੜਾ ਕੇ ਜ਼ੈਰੀ ਗੱਲ ਹੈ ਉਸਮਾਨਡਾਰ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਨੌ ਸਰਬਾਜ਼ ਆਦਮੀ ਆ ਹਰ 2 ਨੰਬਰ ਧੰਦੇ ਦਾ ਬਾਦਸ਼ਾਹ ਹੈ ਔਰ ਅਰਬਾਂ ਰੁਪਈਆ ਉਹ ਇੱਕ ਕਲੈਕਸ਼ਨ ਤਲਾ ਦਿੰਦਾ ਹੁੰਦਾ ਤੇ ਉਹਨੇ ਪੈਸੇ ਪੂਰੇ ਕਰਨੇ ਸੀ ਉਹਨੇ ਬਹਿ ਕੇ ਜਨਾਬ ਇੱਕ ਇਹ ਤਿਆਰ ਕੀਤੀ ਜੀ ਟਾਈਗਰ ਫੋਰਸ ਹੋਏਗੀ ਉਹਦੇ ਉੱਤੇ ਇੰਜ ইমরান ਖਾਨ ਦੀ ਸ਼ਰਟਾਂ ਦੀਆਂ ਫੋਟੋਆਂ ਤੇ ਇੰਜ ਤੇ ਇੰਜ ਕਰਾਂਗੇ ਉਹ ਸਾਰਾ ਕੁਝ ਬਣਾ ਕੇ ਪਲਾਨ ਜਿਹੜਾ ਉਹ ਲੈ ਕੇ ਟਰ ਜਾਂਦਾ ਹੈ ইমরান ਖਾਨ ਕੋਲ ਉਹ ਬੜਾ ਖੁਸ਼ ਹੋਇਆ ਕਿ ਲੈ ਭਈ ਸਾਰੀ ਦੁਨੀਆ ਤੇ ਮੈਨੂੰ ਗਾਲਾਂ ਕੱਢ ਰਹੀ ਹੈ ਲਿੱਤਰ ਮਾਰ ਰਹੀ ਹੈ ਮੈਂ ਲਾਂਤਾਂ ਕਰ ਰਹੀ ਹੈ ਕੰਕਰੀਆਂ ਮਾਰ ਰਹੀ ਹੈ لیکن ਇਹ ਜਿਹੜਾ ਤੋਂ ਲੈ ਕੇ ਆਏ ਬੜਾ ਅੱਛਾ ਮਨਸੂਬਾ ਉਹਨੇ ਉਸੇ ਟਾਈਮ ਦਸਖਤ ਕਰ ਦਿੱਤੇ ਇਹ ਉਸਮਾਨ ਧਾਰ ਸਾਹਿਬ ਨੇ ਜਨਾਬ ਉਹਦੀ ਮੱਤ ਦੇ ਵਿੱਚ 5 ਅਰਬ ਰੁਪਈਆ ਕੁੜਵਾਇਆ ਹਕੂਮਤ ਦੇ ਖਰਚੇ ਚ ਖਜ਼ਾਨੇ ਚ ਤੇ ਮੈਕਸੀਮਮ ਮੈਕਸੀਮਮ 1 ਕਰੋੜ ਰੁਪਈਆ ਜਿਹੜਾ ਨਾ ਉਹ ਉਸ ਬੰਦੇ ਨੇ ਲਾਇਆ ਉਹ ਵੀ ਸ਼ਰਤਾਂ ਤੇ ਜਾਂ ਕੁ 10 ਵੀ ਮੋਟਰਸਾਈਕਲ ਜਾਂ ਕੋ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਜਿਹੜੀਆਂ ਟੋਪੀਆਂ ਛੋਪੀਆਂ ਇਹਨਾਂ ਕੋ ਮਾਸਕ ਵਗੈਰਾ ਕਰ ਕਰਕੇ ਮੈਕਸਿਮਮ ਜਿਹੜਾ ਨੇ 1 ਕਰੋੜ ਰੁਪਇਆ ਲਾਇਆ ਔਰ ਉਹ ਵੀ ਜਿਹੜੀਆਂ ਸ਼ਰਟਾਂ ਬਣਾਈਆਂ ਜਾਂ ਟੋਪੀਆਂ ਬਣਾਈਆਂ ਉਹ ਵੀ ਆਪਣੀ ਕਿਸੇ ਫੈਕਟਰੀ ਚੋਂ ਤੇ ਉਹ ਸਰਕਾਰ ਪੂਰਾ 5 ਅਰਬ ਜਿਹੜਾ ਨਾ ਉਹਨੇ ਹੜੱਪ ਕੀਤਾ ਇੱਕ ਦੋ ਉਹਨੇ ਉਹ ਟਾਈਗਰ ਫੋਰਸ ਆਮ ਜ਼ਬਾਨੇ ਚ ਜਿਹੜੇ ਪਿੰਡਾਂ ਦੇ ਦਿਹਾਤਾਂ ਦੇ ਲੋਕ ਨੇ ਉਹ ਤੁਹਾਨੂੰ ਕੁੱਤਾ ਫੋਰਸ ਆਂਦੇ ਨੇ ਲੈਕਨ ਬਹਾਰ ਅਸੀਂ ਇੱਕ ਮਜ਼ਬ ਜਿਹੜਾ ਉਹ ਗੁਫ਼ਤਕੂ ਕਰਨ ਦੀ ਕੋਸ਼ਿਸ਼ ਕਰਨੇ ਆ ਕਿ ਜਨਾਬ ਉਹ ਟਾਈਗਰ ਫੋਰਸ ਜਿਹੜੀ ਉਹਦੇ 2 3 ਕਿਤੇ ਫੰਕਸ਼ਨ ਕੀਤੇ ਕਿ ਵਜ਼ੀਰਾਬਾਦ ਵਿੱਚ ਕੀਤਾ ਇੱਕ ਹੋਰ ਕਿਤੇ ਕੀਤਾ ਕਰ ਕਰਕੇ ਝੂਠੀਆਂ ਸੱਚੀਆਂ ਲਿਸਟਾਂ ਬਣਾ ਬਨੋ ਕੇ ਖਾਨ ਸਾਹਿਬ ਨੂੰ ਪੇਸ਼ ਕਰ ਦਿੱਤੀਆਂ ਜੀ ਪੂਰੇ ਮੁਲਕ ਵਿੱਚ 10 ਲੱਖ ਜਿਹੜਾ ਨਾ ਉਹ ਟਾਈਗਰ ਫੋਰਸ ਜਿਹੜੀ ਉਹ ਛਾ ਗਈ ਹਾਲਾਂਕਿ ਉਹ ਮੈਕਸਿਮਮ 100 200 ਬੰਦਾ 10 20 ਮੋਟਰਸਾਈਕਲ ਨੇ ਵਜ਼ੀਰਾਬਾਦ ਸਿਆਲਕੋਟ ਸਜੇ ਖਬੇ ਉਹ ਫਿਲਮਾ ਸ਼ਿਲਮਾ ਬਣਾ ਕੇ ਉਹਨਾਂ ਸੋਸ਼ਲ ਮੀਡੀਆ ਤੇ ਚੜ ਲਈ। ਉਹ ਜਨਾਬ 5 ਅਰਬ ਰੁਪਏ ਦਾ ਟੀਕਾ ਉਸਮਾਨ ਧਾਰ ਸਭ ਲਾਗਣ ਆਪਣੇ ਪਿਛਲੇ ਇਲੈਕਸ਼ਨ ਦਾ ਵੀ ਖਰਚਾ ਲਾ ਗਏ। 2013 ਵਾਲੇ ਦਾ ਔਰ ਇਸ ਦਾ ਵੀ 2018 ਨਾਲ ਵੀ ਲਾ ਗਏ ਔਰ ਉਹਨਾਂ ਜਿਹੜੀਆਂ ਪ੍ਰਾਪਰਟੀਆਂ ਵੇਚੀਆਂ ਸੀ ਇਲੈਕਸ਼ਨ ਦੇ ਮੱਦੇ ਚ ਉਹਦਾ ਵੀ ਉਹਨਾਂ ਖਰਚਾ ਪੂਰਾ ਕਰ ਲਿਆ। ਅਗਰ ਤੁਸੀਂ ਸੈਲ ਕੋਰਟ ਤੋਂ ਜਾ ਕੇ ਪੁੱਛੋ ਕਿ ਉਸ ਬੰਦੇ ਨੇ ਗੱਡੀਆਂ ਦਿੱਤੀਆਂ ਇਲੈਕਸ਼ਨ ਵਿੱਚ, ਮੋਟਰਸਾਈਕਲ ਦਿੱਤੇ, ਰਕਸ਼ੇ ਦਿੱਤੇ, ਮਸ਼ੀਨਾ ਦਿੱਤੀਆਂ। ਸਾਈਕਲ ਦਿੱਤੇ ਔਰ ਪਤਾ ਨਹੀਂ ਕੀ ਕੀ ਲੋਕਾਂ ਨੇ ਵੰਡਿਆ ਲੇਕਿਨ ਫਿਰ ਉਹ ਜਿੱਤ ਨਹੀਂ ਸਕਿਆ ਔਰ ਨਾ ਹੀ ਉਹ ਜਿੱਤ ਸਕਦਾ ਕਿਉਂਕਿ ਦੀ ਹਸਇਤ ਨਹੀਂ ਹੈ ਕਿ ਉਹ ਖਾਜਾ ਅਸਰ ਸਾਹਿਬ ਨੂੰ ਇਲੈਕਸ਼ਨ ਹਰਾਏ ਲਿਆਜ਼ਾ ਜੀ ਉਹ ਅੱਜਕੱਲ ਔਰ ਉਸ ਤੋਂ ਬਾਅਦ ਟਾਈਗਰ ਫੋਰਸ ਜਿਹੜੀ ਬਣ ਗਈ ਟਾਈਗਰ ਫੋਰਸ ਬਣਨ ਤੋਂ ਬਾਅਦ ਉਹ ਉਹਨਾਂ ਨੇ ਕਰਨਾ ਕੀ ਕੀਤਾ ਸ਼ੁਰੂ ਕੀ ਕਰ ਦਿੱਤਾ ਕਿ ਮਸਲਫ ਹਸਪਤਾਲਾਂ ਜਾਂ ਕੇ ਨਾ ਦਵਾਈਆਂ ਚੋਰੀਆਂ ਸ਼ੁਰੂ ਕਰ ਦਿੱਤੀਆਂ ਕਰਨੀਆਂ ਦਵਾਈਆਂ ਚੋਰੀਆਂ ਕੀਤੀਆਂ ਡਾਕਟਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਨਰਸਾਂ ਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਔਰ ਜੋ ਕੁਛ ਉਹਨਾਂ ਦੇ ਹੱਥ ਹੁੰਦਾ ਸੀ ਉਹ ਉਥੋਂ ਚੋਰੀ ਕਰਨਾ ਉਹਨਾਂ ਸ਼ੁਰੂ ਕਰ ਦਿੱਤਾ ਕਾਫੀ ਕੰਪਲੇਨਾਂ ਗਈਆਂ ਲੇਕਿਨ ਕਿਸੇ ਨੇ ਕੀ ਕਹਿਣਾ ਸੀ ਕਿਉਂਕਿ ਉਸਮਾਨਡਾਰ ਦੇ ਵੀ ਕੁਮਰੂ ਤੇ ਥਾਣੇਦਾਰ ਕੋਲ ਨਾ ਉਸ ਤੋਂ ਬਾਅਦ ਜਨਾਬ ਉਹ ਕੀ ਕਰਦੇ ਸੀ ਕਿ ਰਾਤ ਨੂੰ ਫਿਰ ਨਿਕਲਦੇ ਸੀ ਸ਼ਾਮ ਨੂੰ ਵਾਰਾਂ ਸੜਕਾਂ 'ਚ ਪਿੰਨਾ ਥਾਵਾਂ ਤੇ ਜਾ ਕੇ ਉਹਨਾਂ ਦੇ ਖੇਤੀਆਂ ਸ਼ੁਰੂ ਕਰ ਦਿੱਤੀਆਂ ਔਰ ਡਕੇਤੀਆਂ ਅਜ ਵੀ ਕਈ ਇਸ ਟਾਈਗਰ ਫੋਰਸ ਦੇ ਕੁੱਤਾ ਫੋਰਸ ਦੇ ਲੋਕ ਡਕੇਤੀਆਂ ਚ ਪੜੇ ਨੇ। ਔਰ ਕਰਦਿਆਂ ਕਰਾਂਦਾ ਜਨਾਬ ਇਹ ਹੋਇਆ ਕਿ ਬੜੀ মিডিਆ ਚ ਕਵਰੇਜ ਦਿੱਤੀ ਗਈ ਫਲਾਂ 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 ਲੇਕਿਨ ਵਿੱਚੋਂ ਨਿਕਲਿਆ ਇਹਦੇ ਸਕੈਂਡਲ ਇਹ ਅਸੀਂ ਕੱਢਿਆ ਜਿਹੜਾ ਕਿ ਗਵਰਨਮੈਂਟ ਦੇ ਕਾਗਜ਼ਾਂ ਦੇ ਵਿੱਚ ਮੌਜੂਦ ਹੈ ਕਿ 5 ਅਰਬ ਰੁਪਈਆ ਉਸਮਾਨ ਢਾਰ ਸਾਹਿਬ ਇਹਦੇ ਨੇ ਉਕੜਾ ਕੇ ਆਪਣੇ ਇਲੈਕਸ਼ਨਾਂ ਦੇ ਖਰਚੇ ਉਹ ਪੂਰੇ ਕਰ ਚੁੱਕੇ ਨੇ। ਔਰ दस वी मोटरसाइकिल टाइगर फोर्स ਨੂੰ ਉਹਨਾਂ ਕਢਾ ਕੇ ਦਿੱਤੇ ਸ਼ਰਟਾਂ ਟੋਪੀਆਂ ਔਰ ਇਸ ਤਰ੍ਹਾਂ ਦੀ ਛੋਟੇ ਮੋਟੇ ਜਿਹੜੇ ਲਵਾਸਮਤ ਨੇ ਔਰ ਫਿਰ ਉਹਨਾਂ ਦੀ ਕੋਈ ਤਰ੍ਹਾਂ ਆ ਵੀ ਮقرਰ ਕੀਤੀ ਉਹ ਵੀ ਆਪਣੀ ਜੇਬ ਵਿੱਚ ਜਾ ਰਹੀ ਹੈ ਔਰ ਉਲਟਾ ਉਹਨਾਂ ਨੇ ਡਕੀਤੀਆਂ ਚੋਰੀਆਂ ਹਸਪਤਾਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਡਾਕਟਰਾਂ ਨੂੰ ਮਾਰਨਾ ਸ਼ੁਰੂ ਕੀਤਾ ਨਰਸਾਂ ਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਉੱਥੋਂ ਚੋਰੀਆਂ ਸ਼ੁਰੂ ਕਰ ਦਿੱਤੀਆਂ ਔਰ ਫਿਰ ਰਾਤ ਨੂੰ ਉਹੀ ਟਾਈਗਰ ਫੋਰਸ 10 10 12 12 ਮੋਟਰਸਾਈਕਲਾਂ ਤੇ ਰਾਤ ਨੂੰ ਨਿਕਲਣਾ ਪਿੰਨਾ ਥਾਵਾਂ ਤੇ ਡਕੀਤੀਆਂ ਸ਼ੁਰੂ ਕਰ ਦਿੱਤੀਆਂ ਔਰ ਕਈ ਬੰਦੇ ਇਸ ਟਾਈਮ ਟਾਈਗਰ ਫੋਰਸ ਤੇ ਜੇਰੇ ਚ ਨੇ ਇਹ ਖidmat ਦੇ ਚੱਕਰ ਚ ਤੇ ਲਿਆਦਾ ਪਾਕਿਸਤਾਨੀਆਂ ਅਸੀਂ ਡੇਰਾ ਟੀਵੀ ਇੰਟਰਨੈਸ਼ਨਲ ਤੋਂ ਤੁਹਾਨੂੰ ਹਮੇਸ਼ਾ ਇਸ ਤਬਦੀਲੀ ਹਕੂਮਤ ਦੇ ਸਕੈਂਡਲ ਜਿਹੜੇ ਅਖਬਾਰਾਂ ਤੇ ਜਾਂ ਮੀਡੀਆ ਤੇ ਨਹੀਂ ਆ ਸਕਤੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਜਿੰਨੀਆਂ ਪਾਬੰਦੀਆਂ ਨੇ ਅਖਬਾਰਾਂ ਤੇ ਔਰ ਮੀਡੀਆ ਤੇ ਔਰ ਇਸ ਸਕੈਂਡਲ ਨਹੀਂ ਆ ਸਕਦੇ ਅਸੀਂ ਤੁਹਾਨੂੰ ਇਹ ਇਨਸ਼ਾ ਅੱਲਾਹ ਤਾਲਾ ਤੁਹਾਡੇ ਕੋਸ਼ਿਸ਼ ਗੁਜ਼ਾਰ ਕਰਦੇ ਰਵਾਂਗੇ ਇਹਨਾਂ ਦੀ ਹਕੀਕਤ ਇਹ ਨੰਗੀ ਤਬਦੀਲੀ ਜਿਹੜੀ ਹੈ ਨਾ ਐਨਓਸੀ مزید ਨੰਗਾ ਤੁਹਾਡੇ ਅਗੇ ਇਨਸ਼ਾ ਅੱਲਾਹ ਕਰਦੇ ਰਵਾਂਗੇ ਲਿਆਜ਼ਾ ਤੁਸੀਂ ਜਮ ਕੇ ਡੇਰਾ ਟੀਵੀ ਇੰਟਰਨੈਸ਼ਨਲ YouTube ਤੇ ਵੇਖਿਆ ਕਰੋ ਔਰ ਹਰ ਰੋਜ਼ ਇੱਕ ਨਵਾਂ ਸਕੈਂਡਲ ਇਸ ਤਬਦੀਲੀ ਸਰਕਾਰ ਦਾ ਅਸੀਂ ਤੁਹਾਡੇ ਵਾਸਤੇ ਜਨਬ ਲੈ ਕੇ ਹਾਜ਼ਰ ਹੋਵਾਂਗੇ ਤੇ ਥੈਂਕ ਯੂ ਵੈਰੀ ਮੱਚ ਪਾਕਿਸਤਾਨ ਜ਼ਿੰਦਾਬਾਦ